ਮੈਂ ਮਨਦੀਪ ਕੌਰ ਹਾਜ਼ਰ ਹਾਂ ਜੀ ਤੁਹਾਡੀ ਪੰਜਾਬੀ ਦੀ ਕਲਾਸ ਦੇ ਨਾਲ। ਅੱਜ ਅਸੀਂ ਇੱਥੇ ਬੀ ਏ ਫਸਟ ਈਅਰ ਦੀ ਪੰਜਾਬੀ ਦੀ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਸੋ ਬੀ ਏ ਫਸਟ ਈਅਰ ਦੀ ਇਹ ਸਾਡੀ ਪੰਜਾਬੀ ਦੀ ਦੂਸਰੀ ਕਲਾਸ ਰਹੇਗੀ। ਪਹਿਲੀ ਕਲਾਸ ਦੇ ਵਿੱਚ ਅਸੀਂ ਜਿਹੜੀ ਗੱਲ ਕੀਤੀ ਸੀ ਉਹ ਗੱਲ ਕੀਤੀ ਸੀ ਸਿਲੇਬਸ ਦੇ ਬਾਰੇ ਵਿੱਚ ਕਿ ਤੁਹਾਡਾ ਜਿਹੜਾ ਪੰਜਾਬੀ ਦਾ ਬੀ ਏ ਫਸਟ ਈਅਰ ਦੇ ਫਸਟ ਸਮੈਸਟਰ ਦਾ ਸਿਲੇਬਸ ਉਹ ਕੀ ਹੋਵੇਗਾ। ਸੋ ਉਸਦੀ ਜਿਹੜੀ ਆਪਣੀ ਸਿਲੇਬਸ ਦੀ ਕਲਾਸ ਹੋਈ ਸੀ ਉਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਥੋੜ੍ਹੀ ਜਿਹੀ ਸਿਲੇਬਸ ਦੇ ਵਿੱਚ ਚੇਂਜਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। ਸੋ ਅੱਜ ਅਸੀਂ ਜਿਹੜੀ ਹੈ ਗੱਲ ਕਰਾਂਗੇ ਸਾਡੇ ਪੰਜਾਬੀ ਦੀ ਜਿਹੜੀ ਚੇਂਜਿੰਗ ਹੋਈ ਆ ਉਹ ਕੀ ਹੋਈ ਹੈ ਉਹਦੇ ਬਾਰੇ ਵਿੱਚ। ਸੋ ਪਹਿਲਾਂ ਅਸੀਂ ਲਿਖ ਦਿੰਦੇ ਹਾਂ ਜੀ ਸਾਡੀ ਅੱਜ ਦੀ ਜਿਹੜੀ ਪੰਜਾਬੀ ਦੀ ਕਲਾਸ ਹੈ, ਪੰਜਾਬੀ ਦੀ ਕਲਾਸ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੀ ਹੈ ਬੀ ਏ ਫਸਟ ਈਅਰ ਦੀ ਪੰਜਾਬੀ ਦੀ ਕਲਾਸ, ਠੀਕ ਹੈ ਜੀ। ਸੋ ਜਿਹੜੀ ਆਪਣੀ ਯੂਨੀਵਰਸਿਟੀ ਵੱਲੋਂ ਪਾਠਕ੍ਰਮ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਚੇਂਜ ਕੀਤੀ ਗਈ ਹੈ। ਉਹ ਚੇਂਜ ਇਹ ਹੋਈ ਹੈ ਕਿ ਜਿਹੜਾ ਸਾਨੂੰ ਪਹਿਲਾਂ ਸੈਕਿੰਡ ਸਮੈਸਟਰ ਦੇ ਵਿੱਚ ਜਿਹੜੀ ਸਾਡੀ ਬੁੱਕ ਲੱਗਦੀ ਸੀ ਸ਼ਬਦ ਸਵੇਰਾ ਉਹ ਹੁਣ ਇੰਟਰਚੇਂਜ ਕਰਕੇ ਉਹਨਾਂ ਨੇ ਫਸਟ ਸਮੈਸਟਰ ਦੇ ਵਿੱਚ ਕਰ ਦਿੱਤੀ ਹੈ। ਅਤੇ ਫਸਟ ਸਮੈਸਟਰ ਦੇ ਵਿੱਚ ਜਿਹੜੀ ਤੁਹਾਡੀ ਬੁੱਕ ਸੀ ਉਹ ਸ਼ੁਰੂਆਤ ਵਿੱਚ ਲੱਗੀ ਸੀ ਜੀ 6 ਦਰਸ਼ਨ, ਜਿਨ੍ਹਾਂ ਦੇ ਵਿੱਚ 6 ਇਕਾਂਗੀਆਂ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਸੀ। ਸੋ ਇਹ 6 ਇਕਾਂਗੀਆਂ ਦੀ ਗੱਲ ਜਿਹੜੀ ਹੈ ਉਹ ਅਸੀਂ ਪਿਛਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਕਿ ਕਿਹੜੀਆਂ ਕਿਹੜੀਆਂ 6 ਇਕਾਂਗੀਆਂ ਹੋਣਗੀਆਂ, ਕੌਣ ਰਾਈਟਰ ਸੀ, ਉਹਨਾਂ ਦੇ ਵਿੱਚ ਕੀ ਦਿੱਤਾ ਗਿਆ ਸੀ। ਸੋ ਉਹ ਜਿਹੜੀ ਬੁੱਕ ਹੈ ਹੁਣ ਚੇਂਜ ਹੋ ਕੇ ਸਾਡੀ ਜਿਹੜੀ ਚਲੀ ਗਈ ਹੈ ਜੀ ਸੈਕਿੰਡ ਸਮੈਸਟਰ ਦੇ ਵਿੱਚ। ਬਾਕੀ ਦਾ ਸਾਰਾ ਸਿਲੇਬਸ ਸੇਮ ਰਹੇਗਾ ਪਰ ਜਿਹੜੀ ਪਹਿਲੀ ਬੁੱਕ ਹੈ ਉਹ ਚੇਂਜ ਕਰਕੇ ਉਹਦੀ ਜਗ੍ਹਾ 'ਤੇ ਸਾਡੀ ਬੁੱਕ ਆ ਗਈ ਹੈ ਸ਼ਬਦ ਸਵੇਰਾ। ਸੋ ਸ਼ਬਦ ਸਵੇਰਾ ਜਿਹੜੀ ਬੁੱਕ ਹੈ ਉਸ ਦੇ ਵਿੱਚ ਅਸੀਂ ਜੇਕਰ ਗੱਲ ਕਰੀਏ ਤਾਂ ਉਸਦੇ ਵਿੱਚ ਸਾਨੂੰ ਜਿਹੜਾ ਹੈ ਇਹ ਸਾਡੀ ਜਿਹੜੀ ਬੁੱਕ ਹੈ ਕਵਿਤਾਵਾਂ ਦੇ ਉੱਤੇ ਜਿਹੜੀ ਬੁੱਕ ਲਿਖੀ ਗਈ ਹੈ। ਇਸ ਦੇ ਵਿੱਚ ਸਾਨੂੰ ਕਵੀਆਂ ਦੀ ਜਿਹੜੀਆਂ ਲਿਖੀਆਂ ਹੋਈਆਂ ਰਚਨਾਵਾਂ ਹਨ ਉਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਜਿਹੜੀ ਹੈ ਉਹ ਕਰਨੀ ਪਵੇਗੀ। ਸੋ ਇਸ ਦੇ ਵਿੱਚ ਜਿਹੜੀ ਹੈ ਅਸੀਂ ਗੱਲ ਕਰਾਂਗੇ ਸਾਡੇ ਕੋਲ ਜਿਹੜੇ ਕਵੀ ਆਉਣਗੇ ਜੀ 6 ਕਵੀ ਜਿਹੜੇ ਸਾਨੂੰ ਆਉਣਗੇ ਜਿਹਦੇ ਵਿੱਚੋਂ ਸਭ ਤੋਂ ਪਹਿਲੇ ਕਵੀ ਜਿਹੜੇ ਹੈਗੇ ਆ ਉਹ ਹੈਗੇ ਆ ਜੀ ਸ਼ੇਖ ਫਰੀਦ। ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਸ਼ੇਖ ਫਰੀਦ ਜੀ ਦੀਆਂ ਰਚਨਾਵਾਂ ਦੀ ਗੱਲ ਕਰਾਂਗੇ। ਸ਼ੇਖ ਫਰੀਦ ਜੀ ਤੋਂ ਬਾਅਦ ਵਿੱਚ ਸਾਡੇ ਕੋਲ ਜਿਹੜਾ ਹੈ ਦੂਸਰੇ ਨੰਬਰ 'ਤੇ ਜਿਹੜੇ ਕਵੀ ਆ ਉਹ ਆਉਣਗੇ ਜੀ ਗੁਰੂ ਨਾਨਕ ਦੇਵ ਜੀ। ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਕਵਿਤਾਵਾਂ ਦੇ ਬਾਰੇ ਵਿੱਚ ਗੱਲ ਕਰਾਂਗੇ। ਸੋ ਪਹਿਲੇ ਜਿਹੜੇ ਕਵੀ ਹਨ ਉਹ ਆਪਣੇ ਕੋਲ ਆਉਣਗੇ ਸਟੱਡੀ ਜਿਹੜੀ ਬੁੱਕ ਹੈ ਜੀ ਉਹਦਾ ਨਾਮ ਹੈ ਸ਼ਬਦ ਸਵੇਰਾ। ਸ਼ਬਦ ਸਵੇਰਾ ਜਿਹੜੀ ਬੁੱਕ ਹੈ ਇਹ ਸਾਨੂੰ ਹੁਣ ਫਸਟ ਸਮੈਸਟਰ ਦੇ ਵਿੱਚ ਲੱਗ ਚੁੱਕੀ ਹੈ। ਇਹਦੇ ਵਿੱਚ ਅਸੀਂ ਜਿਹੜੀ ਹੈ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਿਹੜੇ ਕਵੀ ਹਨ ਉਹਨਾਂ ਦੀ, ਕਵੀਆਂ ਦੇ ਵਿੱਚੋਂ ਆਪਣੇ ਕੋਲ 6 ਕਵੀ ਜਿਹੜੇ ਹਨ ਆਏ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਹਨ ਜੀ ਤੁਹਾਡੇ ਕੋਲ ਸ਼ੇਖ ਫਰੀਦ ਜੀ। ਸਭ ਤੋਂ ਪਹਿਲੇ ਕਵੀ ਜਿਹੜੇ ਆਉਣਗੇ ਉਹ ਹੈਗੇ ਆ ਸਾਡੇ ਕੋਲ ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਦੀਆਂ ਰਚਨਾਵਾਂ ਦੀ ਜਿਹੜੀ ਗੱਲ ਹੈ ਉਹ ਅਸੀਂ ਇੱਥੇ ਕਰਾਂਗੇ। ਸ਼ੇਖ ਫਰੀਦ ਜੀ ਦੇ ਲਿਖੇ ਹੋਏ ਸ਼ਲੋਕ, ਉਹਨਾਂ ਦੇ ਲਿਖੇ ਹੋਏ ਸ਼ਬਦ ਜਿਹੜੇ ਆ ਉਹ ਅਸੀਂ ਜਿਹੜੀ ਹੈਗੀ ਆ ਸਾਡੀ ਸ਼ਬਦ ਸਵੇਰਾ ਦੀ ਪਹਿਲੀ ਯੂਨਿਟ ਦੇ ਵਿੱਚ ਜਿਹੜਾ ਹੈ ਕਰਨਾ ਹੈ ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਤੋਂ ਬਾਅਦ ਆਉਣਗੇ ਸਾਡੇ ਕੋਲ ਦੂਸਰੇ ਨੰਬਰ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ। ਦੂਜੇ ਨੰਬਰ 'ਤੇ ਅਸੀਂ ਜਿਹੜਾ ਹੈ ਉਹ ਗੱਲ ਕਰਾਂਗੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਕਿਹੜੀਆਂ ਕਿਹੜੀਆਂ ਹਨ, ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੀ ਗੱਲ ਜਿਹੜੀ ਹੈ ਉਹ ਅਸੀਂ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈ ਤੀਸਰੇ ਨੰਬਰ 'ਤੇ
ਤੀਸਰੇ ਨੰਬਰ 'ਤੇ ਸਾਡੇ ਕੋਲ ਜਿਹੜਾ ਹੈ ਉਹ ਆਉਣਗੇ ਜੀ ਸਾਡੇ ਕੋਲ ਗੁਰੂ ਅਰਜਨ ਦੇਵ ਜੀ। ਤੀਸਰੇ ਨੰਬਰ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਤੀਸਰੇ ਨੰਬਰ 'ਤੇ ਸਾਡੇ ਕੋਲ ਗੁਰੂ ਹੈਗੇ ਆ ਸ਼੍ਰੀ ਗੁਰੂ ਅਰਜਨ ਦੇਵ ਜੀ। ਇਹਨਾਂ ਦੀ ਲਿਖੀ ਹੋਈ ਬਾਣੀ ਜਿਹੜੀ ਹੈ ਉਹਦੇ ਵਿੱਚੋਂ ਅਸੀਂ ਪ੍ਰਸੰਗ ਸਾਹਿਤ ਵਿਆਖਿਆ, ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਪ੍ਰਸੰਗ ਸਾਹਿਤ ਵਿਆਖਿਆ, ਗੁਰੂ ਅਰਜਨ ਦੇਵ ਜੀ ਦੀ ਲਿਖੀ ਹੋਈ ਬਾਣੀ ਦੀ ਪ੍ਰਸੰਗ ਸਾਹਿਤ ਵਿਆਖਿਆ ਜਿਹੜੀ ਹੈ ਉਹ ਅਸੀਂ ਸਾਡੀਆਂ ਕਲਾਸਾਂ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈ ਚੌਥੇ ਨੰਬਰ 'ਤੇ ਆਉਣਗੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਦੀ ਲਿਖੀ ਹੋਈ ਚੰਡੀ ਦੀਵਾਰ 'ਤੇ ਇੱਕ ਸ਼ਬਦ ਜਿਹੜਾ ਹੈ ਉਸ ਦੀ ਅਸੀਂ ਜਿਹੜੀ ਪ੍ਰਸੰਗ ਸਾਹਿਤ ਵਿਆਖਿਆ ਜਿਹੜੀ ਆ ਉਹ ਆਪਣੀ ਕਲਾਸ ਦੇ ਵਿੱਚ ਕਰਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੇ ਹੈ ਪੰਜ ਨੰਬਰ 'ਤੇ ਗੱਲ ਕਰਨਗੇ, ਅਸੀਂ ਗੱਲ ਕਰਾਂਗੇ ਜੀ ਭਾਈ ਗੁਰਦਾਸ ਜੀ। ਇਹਨਾਂ ਦੀਆਂ ਰਚਨਾਵਾਂ ਜਿਹੜੀਆਂ ਹਨ ਇਹ ਅਸੀਂ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਜਿਹੜੇ ਹਨ ਕਵੀ ਆਊਗੀ ਜੀ ਸ਼ਾਹ ਹੁਸੈਨ ਜੀ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੀ ਗੱਲ ਕਰਾਂਗੇ। ਅਤੇ ਲਾਸਟ ਸਾਡੇ ਕੋਲ ਜਿਹੜਾ ਹੈ ਸਾਡਾ ਕਵੀ ਜਿਹੜਾ ਹੈ ਉਹ ਲੈ ਜਾਏਗਾ ਜੀ ਹਾਫਿਜ਼ ਵਰਖੁਦਾਰ ਦੇ ਜਿਹੜੇ ਹੈਗੇ ਆ ਦੋ ਕਿੱਸੇ, ਕਿਉਂਕਿ ਇਹ ਜਿਹੜੇ ਹਨ ਕਿੱਸਾਕਾਰ ਹਨ, ਇਹਨਾਂ ਨੇ ਲਿਖੇ ਹਨ ਜੀ ਦੋ ਕਿੱਸੇ। ਪਹਿਲਾਂ 6 ਜਿਹੜੇ ਕਵੀ ਆ ਜਿਨ੍ਹਾਂ ਦੀ ਗੁਰਬਾਣੀ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹਾਫਿਜ਼ ਵਰਖੁਦਾਰ ਹੈ ਇਹਨਾਂ ਦੇ ਲਿਖੇ ਹੋਏ ਦੋ ਕਿੱਸੇ ਮਿਰਜ਼ਾ ਸਾਹਿਬਾਂ ਅਤੇ ਹੀਰ ਰਾਂਝਾ ਉਹ ਅਸੀਂ ਇੱਥੇ ਜਿਹੜਾ ਹੈ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੀ ਹੈ ਹੁਣ ਅਸੀਂ ਅੱਜ ਦੀ ਜਿਹੜੀ ਕਲਾਸ ਹੈ ਉਸ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਸ਼ੇਖ ਫਰੀਦ ਜੀ ਦੇ ਬਾਰੇ ਵਿੱਚ। ਇਹ ਜਿਹੜਾ ਸਾਡਾ 6 ਜਿਹੜੀਆਂ ਹੈ ਦੋ ਯੂਨਿਟਾਂ ਦੇ ਵਿੱਚ ਆਪਾਂ ਇਹਨਾਂ ਨੂੰ ਕੰਪਲੀਟ ਕਰਨਾ ਹੈ। ਦੋ ਯੂਨਿਟਾਂ ਦੇ ਵਿੱਚ ਪਹਿਲੀ ਯੂਨਿਟ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਇਹਨਾਂ ਦੀ ਲਿਖੀ ਹੋਈ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ ਅਤੇ ਸੈਕਿੰਡ ਜਿਹੜੀ ਯੂਨਿਟ ਹੈ ਉਸ ਦੇ ਵਿੱਚ ਅਸੀਂ ਇਹਨਾਂ ਹੀ ਕਵੀਆਂ ਦੇ ਜਿਹੜੀਆਂ ਇਹਨਾਂ ਨੇ ਸ਼ਬਦ ਲਿਖੇ ਹਨ ਜੋ ਇਹਨਾਂ ਦੀਆਂ ਰਚਨਾਵਾਂ ਹਨ ਉਹਨਾਂ ਦਾ ਕੇਂਦਰੀ ਭਾਵ, ਉਹਨਾਂ ਦਾ ਵਿਸ਼ਾ ਵਸਤੂ, ਉਹਨਾਂ ਦਾ ਸਾਰ ਕੀ ਹੈ ਉਹ ਜਿਹੜਾ ਹੈ ਸਾਡਾ ਸੈਕਿੰਡ ਯੂਨਿਟ ਦੇ ਵਿੱਚ ਪੁੱਛਿਆ ਜਾਵੇਗਾ। ਪਹਿਲੇ ਯੂਨਿਟ ਵਿੱਚ ਇਹਨਾਂ ਕਵੀਆਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਾਂਗੇ। ਸੈਕਿੰਡ ਯੂਨਿਟ ਦੇ ਵਿੱਚ ਕਰਾਂਗੇ ਜੀ ਇਹਨਾਂ ਹੀ ਕਵਿਤਾਵਾਂ ਦਾ ਕੇਂਦਰੀ ਭਾਵ, ਇਹਨਾਂ ਦਾ ਸੈਂਟਰਲ ਆਈਡੀਆ ਕੀ ਹੈ, ਕੇਂਦਰੀ ਭਾਵ ਕੀ ਹੈ, ਉਸ ਤੋਂ ਬਾਅਦ ਵਿਸ਼ਾ ਵਸਤੂ ਕੀ ਹੈ ਅਤੇ ਇਹਨਾਂ ਦਾ ਸਾਰ ਕੀ ਹੈ ਉਹ ਜਿਹੜੀ ਹੈ ਅਸੀਂ ਸੈਕਿੰਡ ਯੂਨਿਟ ਦੇ ਵਿੱਚ ਕਰਾਂਗੇ। ਸੋ ਸਾਡੀ ਹੁਣ ਜਿਹੜੀ ਹੈ ਫਸਟ ਯੂਨਿਟ ਅਤੇ ਸੈਕਿੰਡ ਯੂਨਿਟ ਇਹ ਦੋਨੋਂ ਹੀ ਨਾਲ ਨਾਲ ਹੀ ਚੱਲਦੀਆਂ ਜਾਣਗੀਆਂ। ਕਿਉਂ ਕਿੱਦਾਂ ਉਹ ਇਸ ਤਰ੍ਹਾਂ ਚੱਲਣਗੀਆਂ ਕਿ ਅਸੀਂ ਪਹਿਲਾਂ ਤਾਂ ਇਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਕਰ ਲਵਾਂਗੇ। ਪ੍ਰਸੰਗ ਸਾਹਿਤ ਵਿਆਖਿਆ ਤੋਂ ਬਾਅਦ ਨਾਲ ਦੀ ਨਾਲ ਹੀ ਤੁਹਾਨੂੰ ਮੈਂ ਇਹਨਾਂ ਦਾ ਕੇਂਦਰੀ ਭਾਵ, ਵਿਸ਼ਾ ਵਸਤੂ ਅਤੇ ਸਾਰ ਨਾਲ ਹੀ ਨਾਲ ਕਰਵਾ ਦੇਵਾਂਗੀ। ਕਿਉਂਕਿ ਜੇਕਰ ਅਸੀਂ ਇੱਕ ਕਵੀ ਦੀ ਲਿਖੀ ਹੋਈ ਰਚਨਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਕਰਦੇ ਹਾਂ ਅਤੇ ਨਾਲ ਦੀ ਨਾਲ ਉਸਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਕਰ ਲੈਂਦੇ ਹਾਂ, ਸਾਰ ਕਰ ਲੈਂਦੇ ਹਾਂ ਤਾਂ ਸਾਨੂੰ ਇੱਕੋ ਹੀ ਵਾਰ ਦੇ ਵਿੱਚ ਸਮਝ ਦੇ ਵਿੱਚ ਆ ਜਾਵੇਗਾ। ਸੋ ਹੁਣ ਜਿਹੜੀ ਹੈ ਅਸੀਂ ਜੇਕਰ ਫਸਟ ਯੂਨਿਟ ਦੀ ਗੱਲ ਕਰਦੇ ਹਾਂ, ਫਸਟ ਯੂਨਿਟ ਦੇ ਵਿੱਚ ਸਾਡੇ ਕੋਲ ਜਿਹੜਾ ਕਵੀ ਹੈ ਉਹ ਹੈ ਜੀ ਸ਼ੇਖ ਫਰੀਦ ਜੀ ਦੇ ਜਿਹੜੀ ਹੈ ਸਾਡੇ ਕੋਲ ਜਿਹੜੀਆਂ ਰਚਨਾਵਾਂ ਹਨ ਉਹਨਾਂ ਦੀ ਅਸੀਂ ਅੱਜ ਦੀ ਜਿਹੜੀ ਹੈ ਉਹ ਕਲਾਸ ਦੇ ਵਿੱਚ ਗੱਲ ਕਰਦੇ ਹਾਂ।
ਸੋ ਆਪਣੇ ਕੋਲ ਹੈ ਜੀ ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਦੇ ਜਿਹੜੇ ਕੱਲ੍ਹ ਅਸੀਂ ਗੱਲ ਕਰਦੇ ਹਾਂ ਤਾਂ ਸ਼ੇਖ ਫਰੀਦ ਜਿਹੜੇ ਹਨ ਉਹ ਪੰਜਾਬੀ ਦੇ ਵਿੱਚ ਪਹਿਲੇ ਸੂਫੀ ਕਵੀ ਜਿਹੜੇ ਹਨ ਮੰਨੇ ਗਏ ਹਨ। ਸੂਫੀ ਕਵੀ ਜਿਹੜੇ ਕਿ ਚਿਸ਼ਤੀ ਸਿਲਸਿਲੇ ਦੇ ਨਾਲ ਸੰਬੰਧਿਤ ਹਨ, ਇਹਨਾਂ ਦਾ ਚਿਸ਼ਤੀ ਸੂਫੀ ਸਿਲਸਿਲਾ ਹੈ ਜਿਨ੍ਹਾਂ ਦੇ ਨਾਲ ਇਹ ਸੰਬੰਧਿਤ ਹਨ। ਪੰਜਾਬੀ ਦੇ ਵਿੱਚ ਪਹਿਲੇ ਸੂਫੀ ਕਵੀ ਸ਼ੇਖ ਫਰੀਦ ਜੀ ਹਨ। ਸੋ ਸ਼ੇਖ ਫਰੀਦ ਜੀ ਜਿਹੜਾ ਹੈ ਇਹਨਾਂ ਦੇ ਜੇਕਰ ਅਸੀਂ ਥੋੜ੍ਹਾ ਜਿਹਾ ਇਹਨਾਂ ਦੇ ਜੀਵਨ ਦੇ ਬਾਰੇ ਵਿੱਚ ਪਹਿਲੀ ਗੱਲਬਾਤ ਕਰ ਲੈਂਦੇ ਹਾਂ, ਜੀਵਨ 'ਤੇ ਝਾਤ ਮਾਰਦੇ ਹਾਂ। ਸੋ ਜੇਕਰ ਅਸੀਂ ਇਹਨਾਂ ਦੇ ਜੀਵਨ ਦੇ ਬਾਰੇ ਗੱਲ ਕਰੀਏ ਤਾਂ ਸ਼ੇਖ ਫਰੀਦ ਜੀ ਦਾ ਜਨਮ ਜਿਹੜਾ ਹੈ ਉਹ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ 1173 ਈਸਵੀ ਦੇ ਵਿੱਚ ਪਿਤਾ ਕਾਜ਼ੀ ਜਮਾਲੂਦੀਨ ਸੁਲੇਮਾਨ ਜੀ ਦੇ ਘਰ ਜਿਹੜਾ ਸੀ ਉਹ ਹੋਇਆ ਸੀ। ਸ਼ੇਖ ਫਰੀਦ ਜੀ ਦਾ ਜਨਮ 1173 ਈਸਵੀ ਦੇ ਵਿੱਚ ਕਾਜ਼ੀ ਜਮਾਲੂਦੀਨ ਜੀ ਦੇ ਘਰ ਵਿੱਚ ਹੋਇਆ ਸੀ। ਸੋ ਇਹਨਾਂ ਦਾ ਜਿਹੜਾ ਸੀ ਬਚਪਨ ਦਾ ਜਿਹੜਾ ਨਾਮ ਸੀ ਉਹ ਮਸੂਦ ਰੱਖਿਆ ਗਿਆ ਸੀ। ਪਹਿਲਾ ਨਾਮ ਮਸੂਦ ਸੀ ਇਹਨਾਂ ਦਾ, ਅਤੇ ਬਾਅਦ ਵਿੱਚ ਇਹ ਬਾਬਾ ਫਰੀਦੁਦੀਨ ਮਸੂਦ ਗੰਜ ਏ ਸ਼ਕਰ ਦੇ ਨਾਮ ਨਾਲ ਜਿਹੜਾ ਸੀ ਪ੍ਰਸਿੱਧ ਹੋਏ ਸਨ। ਬਾਬਾ ਫਰੀਦੁਦੀਨ ਮਸੂਦ ਗੰਜ ਸ਼ਕਰ ਦੇ ਨਾਮ ਦੇ ਨਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਇਹਨਾਂ ਦਾ ਨਾਮ ਜਿਹੜਾ ਹੈ ਉਹ ਲਿਆ ਜਾਂਦਾ ਹੈ। ਸੋ ਇਹਨਾਂ ਨੇ ਜਿਹੜਾ ਹੈ ਆਪਣਾ ਜਿਹੜਾ ਮਤਲਬ ਪਹਿਲਾ ਬਚਪਨ ਦਾ ਜਿਹੜਾ ਸਮਾਂ ਸੀ ਉਹ 18 ਸਾਲ ਤੱਕ ਮੁਲਤਾਨ ਦੇ ਵਿੱਚ ਰਹੇ ਸਨ। ਉੱਥੋਂ ਹੀ ਇਹਨਾਂ ਨੇ ਆਪਣੀ ਸਿੱਖਿਆ ਜਿਹੜੀ ਸੀ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਫਿਰ ਜਿਹੜਾ ਸੀ ਇਹਨਾਂ ਨੇ ਜਿਹੜਾ ਹੈ ਲਾਹੌਰ ਆ ਗਏ ਸਨ, ਅਤੇ ਇੱਥੇ ਆ ਕੇ ਇਹਨਾਂ ਨੇ ਜਿਹੜਾ ਸੀ ਜਿਹੜਾ ਸੀ ਆਪਣਾ ਜਿਹੜਾ ਗੁਰੂ ਸੀ ਉਹ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਨੂੰ ਆਪਣਾ ਜਿਹੜਾ ਸੀ ਗੁਰੂ ਧਾਰਨ ਕੀਤਾ ਸੀ, ਅਤੇ ਉਹਨਾਂ ਤੋਂ ਹੀ ਇਹਨਾਂ ਨੇ ਸਿੱਖਿਆ ਜਿਹੜੀ ਸੀ ਉਹ ਪ੍ਰਾਪਤ ਕੀਤੀ ਸੀ। ਇਹਨਾਂ ਦੇ ਜਿਹੜੇ ਜੇਕਰ ਜੀਵਨ ਦੀ ਗੱਲ ਕਰੀਏ ਤਾਂ ਇਹਨਾਂ ਦੇ ਜੀਵਨ ਦੇ ਵਿੱਚ 5 ਪੁੱਤਰ 3 ਧੀਆਂ ਜਿਹੜੀਆਂ ਸਨ ਉਹਨਾਂ ਦਾ ਜਨਮ ਹੋਇਆ ਸੀ, ਅਤੇ 93 ਸਾਲ ਦੀ ਉਮਰ ਜਿਹੜੀ ਹੈ ਭੋਗ ਕੇ 17 ਅਕਤੂਬਰ 1265 ਈਸਵੀ ਨੂੰ ਜਿਹੜਾ ਹੈ ਸ਼੍ਰੀ ਫਰੀਦ ਜੀ ਅਕਾਲ ਚਲਾਣਾ ਕਰ ਗਏ ਸਨ। ਸੋ ਇਹਨਾਂ ਨੇ ਬਹੁਤ ਜ਼ਿਆਦਾ ਰਚਨਾਵਾਂ ਜਿਹੜੀਆਂ ਸਾਨੂੰ ਰਚਨਾ ਵੀ ਕੀਤੀ ਸੀ। ਇਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਤੋਂ ਦੇ ਵਿੱਚੋਂ ਜਿਹੜਾ ਹੈ 112 ਸ਼ਲੋਕ ਅਤੇ 4 ਸ਼ਬਦ 112 ਸ਼ਲੋਕ 4 ਸ਼ਬਦ 2 ਰਾਗ ਆਸਾ ਦੇ ਵਿੱਚ ਅਤੇ 2 ਰਾਗ ਸੂਹੀ ਦੇ ਵਿੱਚ ਜਿਹੜੇ ਲਿਖੇ ਹੋਏ ਸ਼ਬਦ ਸਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਸਨ ਦਰਜ ਕੀਤੇ ਗਏ ਹਨ। ਇਹਨਾਂ ਦੀ ਲਿਖੀ ਹੋਈ ਬਾਣੀ ਦੇ ਵਿੱਚੋਂ 112 ਸ਼ਲੋਕ ਅਤੇ 4 ਸ਼ਬਦ 2 ਰਾਗ ਆਸਾ ਦੇ ਵਿੱਚ ਅਤੇ 2 ਰਾਗ ਸੂਖੀ ਦੇ ਵਿੱਚ ਜੋ ਲਿਖੇ ਗਏ ਹਨ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ ਹੈ। ਸੋ ਸਾਡੀ ਜਿਹੜੀ ਬੁੱਕ ਹੈ ਸ਼ਬਦ ਸਵੇਰਾ, ਇਸ ਦੇ ਵਿੱਚ ਇਹਨਾਂ ਦੇ ਲਿਖੇ ਹੋਏ 2 ਸ਼ਬਦ ਜਿਹੜੇ ਹਨ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਅਤੇ ਇਹਨਾਂ ਦੇ ਲਿਖੇ ਹੋਏ 35 ਜਿਹੜੇ ਸ਼ਲੋਕ ਹਨ ਉਨ 112 ਸ਼ਲੋਕਾਂ ਦੇ ਵਿੱਚੋਂ ਸਿਰਫ 35 ਸ਼ਲੋਕ ਜਿਹੜੇ ਹਨ ਉਹ ਸਾਡੀ ਬੁੱਕ ਸ਼ਬਦ ਸਵੇਰਾ ਦੇ ਵਿੱਚ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਹੈ ਕਰਾਂਗੇ। ਸੋ 2 ਸ਼ਬਦ ਜਿਹੜੇ ਹਨ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ ਜੋ ਸਾਡੀ ਬੁੱਕ ਸ਼ਬਦ ਸਵੇਰਾ ਦੇ ਵਿੱਚ ਦਰਜ ਕੀਤੇ ਗਏ ਹਨ ਉਹਨਾਂ ਦੇ ਵਿੱਚੋਂ
ਜਿਹੜਾ ਹੈ ਪਹਿਲਾ ਸ਼ਬਦ ਉਹ ਹੈ ਜੀ ਜਿਸ ਆਸਣ ਹਮ ਬੈਠੇ। ਇਹ ਜਿਹੜਾ ਹੈ ਰਾਗਾਸਾ ਦੇ ਵਿੱਚ ਲਿਖਿਆ ਹੋਇਆ ਸ਼ਬਦ ਹੈ, ਜਿਸ ਆਸਣ ਹਮ ਬੈਠੇ। ਇਹ ਸ਼ਬਦ ਜਿਹੜਾ ਹੈ ਸ਼ੇਖਰੀ ਜੀ ਦਾ ਲਿਖਿਆ ਹੋਇਆ ਹੈ, ਜੋ ਸਾਡੀ ਬੁੱਕ ਪੰਜਾਬੀ ਦੀ ਬੁੱਕ ਸ਼ਬਦ ਸਵੇਰਾ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸ ਦੀ ਜਿਹੜੀ ਹੈ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਹੈ ਉਹ ਅਸੀਂ ਸਾਡੀ ਅੱਜ ਦੀ ਕਲਾਸ ਦੇ ਵਿੱਚ ਕਰਨ ਜਾ ਰਹੇ ਹਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਸ਼ੇਖਰੀ ਜੀ ਦੇ ਲਿਖੇ ਹੋਏ ਸ਼ਬਦ ਜਿਸ ਆਸਣ ਹਮ ਬੈਠੇ। ਇਹ ਸ਼ਬਦ ਜਿਹੜਾ ਹੈ ਉਹ ਸ਼ੇਖਰੀ ਜੀ ਦਾ ਲਿਖਿਆ ਹੋਇਆ ਹੈ ਅਤੇ ਇਹ ਸ਼ਬਦ ਜਿਹੜਾ ਹੈ ਅਸੀਂ ਜਿਹੜੀ ਹੈ ਆਪਣੀ ਕਲਾਸ ਦੇ ਵਿੱਚ ਜਿਹੜਾ ਹੈ ਉਹ ਹੀ ਮਤਲਬ ਅੱਜ ਉਸਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ, ਉਸਦੇ ਉੱਤੇ ਅਸੀਂ ਚਰਚਾ ਕਰਦੇ ਹਾਂ। ਸੋ ਜਿਸ ਆਸਣ ਹਮ ਬੈਠੇ ਇਹ ਸ਼ਬਦ ਦੀ ਜਿਹੜਾ ਹੈ ਜੇਕਰ ਅਸੀਂ ਹੈਡਿੰਗ ਦੀ ਗੱਲ ਕਰਦੇ ਹਾਂ ਤਾਂ ਉਸ ਹੈਡਿੰਗ ਤੋਂ ਹੀ ਸਮਝ ਆ ਜਾਂਦਾ ਹੈ ਕਿ ਜਿਹੜੀ ਜਗ੍ਹਾ 'ਤੇ ਅੱਜ ਅਸੀਂ ਬੈਠੇ ਹੋਏ ਹਾਂ ਉਸ ਜਗ੍ਹਾ ਦੀ ਗੱਲ ਕਰਦੇ ਹਨ। ਸੋ ਇਹ ਜਿਹੜਾ ਸ਼ਬਦ ਹੈ ਇਸ ਵਿੱਚ ਉਹਨਾਂ ਨੇ ਨਾਸ਼ਵਾਨਤਾ ਦੀ ਗੱਲ ਕੀਤੀ ਹੈ ਕਿ ਇਹ ਮਨੁੱਖ ਤੇਰਾ ਜਿਹੜਾ ਮਨੁੱਖੀ ਜੀਵਨ ਹੈ ਉਹ ਨਾਸ਼ਵਾਨ ਹੈ, ਇਸਨੇ ਇੱਕ ਦਿਨ ਖਤਮ ਹੋ ਜਾਣਾ ਹੈ ਅਤੇ ਵਾਪਸ ਅਸੀਂ ਇਸ ਜਿਹੜਾ ਹੈ ਸੰਸਾਰ ਦੇ ਵਿੱਚ ਨਹੀਂ ਆਉਣਾ। ਤੈਨੂੰ ਜਿਹੜਾ ਮਨੁੱਖੀ ਜਨਮ ਮਿਲਿਆ ਹੈ ਉਹ ਸਿਰਫ਼ ਅਤੇ ਸਿਰਫ਼ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਮਿਲਿਆ ਹੈ। ਤੂੰ ਜਿਹੜਾ ਹੈ ਆਪਣੇ ਆਪ ਨੂੰ ਦੁਨਿਆਵੀ ਚੀਜ਼ਾਂ ਦੇ ਵੱਲ ਲਗਾ ਕੇ ਆਪਣਾ ਜਿਹੜਾ ਮਨ ਹੈ ਤੂੰ ਦੁਨਿਆਵੀ ਧੰਦਿਆਂ ਦੇ ਵਿੱਚ ਲਗਾ ਲਿੱਤਾ ਹੈ ਅਤੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਹੈ। ਸੋ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਤੈਨੂੰ ਸਮਾਂ ਰਹਿੰਦੇ ਹੋਏ ਭਗਤੀ ਵੀ ਕਰਨੀ ਚਾਹੀਦੀ ਹੈ, ਪਰਮਾਤਮਾ ਨੂੰ ਸਦਾ ਯਾਦ ਰੱਖਦੇ ਹੋਏ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਤੇਰਾ ਜਿਹੜਾ ਜੀਵਨ ਹੈ ਉਹ ਨਾਸ਼ਵਾਨ ਹੈ, ਇੱਕ ਦਿਨ ਖਤਮ ਹੋ ਜਾਣਾ ਹੈ। ਅੱਜ ਜਿਹੜੀ ਅੱਜ ਜੋ ਇਸ ਸੰਸਾਰ ਦੇ ਵਿੱਚ ਜਿਹੜੀ ਜਗ੍ਹਾ 'ਤੇ ਤੂੰ ਬੈਠਾ ਹੈ ਤੇਰੇ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਤੇਰੇ ਜਿਹੜੇ ਹਨ ਮਾਤਾ ਪਿਤਾ ਜਾਂ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਹਨ ਬੈਠ ਕੇ ਚਲੇ ਗਏ ਹਨ। ਮਤਲਬ ਤੇਰੇ ਤੋਂ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਹਨ ਉਸ ਆਸਣ 'ਤੇ ਬੈਠ ਕੇ ਚੱਲੇ ਗਏ ਹਨ ਜਿਹੜੀ ਜਗ੍ਹਾ 'ਤੇ ਅੱਜ ਤੂੰ ਬੈਠਾ ਹੈ। ਸੋ ਇੱਕ ਦਿਨ ਸਮਾਂ ਆਵੇਗਾ ਕਿ ਤੈਨੂੰ ਵੀ ਇਸ ਸੰਸਾਰ ਤੋਂ ਜਾਣਾ ਪਵੇਗਾ ਅਤੇ ਉਸ ਤੋਂ ਉਸ ਸਮੇਂ ਜੇਕਰ ਤੇਰੇ ਕੀਤੇ ਹੋਏ ਚੰਗੇ ਕਰਮ ਹਨ ਤਾਂ ਉਹ ਤੇਰਾ ਜਿਹੜਾ ਹੈ ਤੈਨੂੰ ਇਸ ਸੰਸਾਰ ਤੋਂ ਪਾਰ ਲੰਘਾਉਣ ਦੇ ਵਿੱਚ ਮਦਦ ਕਰ ਦੇਣਗੇ, ਪਰ ਜੇਕਰ ਤੂੰ ਚੰਗੇ ਕਰਮ ਨਹੀਂ ਕੀਤੇ ਤਾਂ ਤੈਨੂੰ ਅੰਤ ਵਿੱਚ ਦੁੱਖਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਵੇਗਾ। ਸੋ ਸ਼ਬਦ ਦੀ ਗੱਲ ਕਰਦੇ ਹਾਂ ਜੀ, ਕਹਿੰਦੇ ਜਿਸ ਆਸਣ ਹਮ ਬੈਠੇ, ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਘਰੇ, ਆਜ ਮਿਲਾਵਾਂ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ ਰਹਾਓ। ਰਹਾਓ ਦਾ ਮਤਲਬ ਹੁੰਦਾ ਹੈ ਥੋੜ੍ਹਾ ਠਹਿਰਾਓ, ਰੁਕਣ ਦੇ ਲਈ ਸਾਨੂੰ ਰਹਿਰਾਓ ਰਹਾਓ ਦੀ ਜਿਹੜੀ ਤੁਰਕ ਹੈ ਉਹ ਦਿੱਤੀ ਜਾਂਦੀ ਹੈ। ਸੋ ਗੱਲ ਕਰਦੇ ਹਨ, ਕਹਿੰਦੇ ਫਰੀਦ ਜੀ ਕਹਿੰਦੇ ਹਨ ਕਿ ਮਨੁੱਖ ਤੈਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕਹਿੰਦੇ ਤੈਨੂੰ ਜਿਹੜਾ ਹੈ ਇਹ ਸਮਾਂ ਜਿਹੜਾ ਸੀ ਇਹ ਜਿਹੜਾ ਜੀਵਨ ਸੀ ਉਹ ਪ੍ਰਭੂ ਮਿਲਾਪ ਦੇ ਲਈ ਮਿਲਿਆ ਹੈ। ਸੋ ਇਸ ਕਰਕੇ ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਕਹਿੰਦੇ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਇਹ ਮਨੁੱਖ ਤੈਨੂੰ ਜਿਹੜਾ ਹੈ ਇਹ ਜੀਵਨ ਜੋ ਮਿਲਿਆ ਹੈ ਉਹ ਪਰਮਾਤਮਾ ਦੀ ਭਗਤੀ ਲਈ ਮਿਲਿਆ ਹੈ, ਤੈਨੂੰ ਇਹ ਜੀਵਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਲਈ ਮਿਲਿਆ ਹੈ। ਸੋ ਤੈਨੂੰ ਪ੍ਰਭੂ ਭਗਤੀ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ, ਤੈਨੂੰ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ, ਸਮਾਂ ਰਹਿੰਦੇ ਤੈਨੂੰ ਆਪਣਾ ਜਿਹੜਾ ਹੈ ਮਿਲਾਪ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਕਰ ਲੈਣਾ ਚਾਹੀਦਾ ਹੈ, ਭਾਵ ਤੈਨੂੰ ਪਰਮਾਤਮਾ ਦੀ ਭਗਤੀ
ਕਰਕੇ ਉਸਦੇ ਨਾਲ ਆਪਣਾ ਮਿਲਾਪ ਹਾਸਲ ਕਰ ਲੈਣਾ ਚਾਹੀਦਾ ਹੈ। ਸੋ ਕਹਿੰਦੇ ਇਹ ਤਨ ਹੋਸੀ ਖਾਕ, ਨਹੀਂ ਤਾਂ ਕਹਿੰਦੇ ਇੱਕ ਦਿਨ ਸਮਾਂ ਆਵੇਗਾ ਕਿ ਜਿਸ ਦਿਨ ਇਹ ਜਿਹੜਾ ਸਰੀਰ ਹੈ ਉਹ ਖਾਕ ਹੋ ਜਾਵੇਗਾ, ਮਿੱਟੀ ਦੇ ਵਿੱਚ ਮਿਲ ਜਾਵੇਗਾ ਅਤੇ ਤੇਰਾ ਜਿਹੜਾ ਹੈ ਉਹ ਲਾਸਟ ਘਰ ਨਿਮਾਣੀ ਗੌਰ ਕਰੇ, ਲਾਸਟ ਘਰ ਅੰਤਿਮ ਘਰ ਨਿਮਾਣੀ ਕਬਰ ਹੀ ਰਹਿ ਜਾਵੇਗਾ। ਸੋ ਕਹਿੰਦੇ ਆਜ ਮਿਲਾਵਾਂ ਸ਼ੇਖ ਫਰੀਦ, ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਟਾਕਿਮ ਕੁੰਜੜੀਆਂ ਦੀ ਗੱਲ ਕਰਦੇ ਹਨ ਤਾਂ ਇਹ ਸਾਡੇ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਦੀ ਗੱਲ ਕਰਦੇ ਹਨ। ਗਿਆਨ ਪੰਜ ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ? ਅੱਖਾਂ, ਕੰਨ, ਨੱਕ, ਜੀਭ ਅਤੇ ਸਾਡੀ ਜਿਹੜੀ ਹੈ ਚਮੜੀ ਜਿਹੜੀ ਹੈ ਉਹ ਸਾਡੀਆਂ ਗਿਆਨ ਇੰਦਰੀਆਂ ਹਨ। ਪੰਜ ਗਿਆਨ ਇੰਦਰੀਆਂ ਹਨ ਜਿਹੜੀਆਂ ਸਾਨੂੰ ਸੰਸਾਰਿਕ ਪਦਾਰਥਾਂ ਦਾ ਗਿਆਨ ਕਰਾਉਂਦੀਆਂ ਹਨ। ਅੱਖਾਂ ਤੋਂ ਅਸੀਂ ਸੰਸਾਰਿਕ ਪਦਾਰਥਾਂ ਨੂੰ ਜਿਹੜਾ ਹੈ ਵੇਖਦੇ ਹਾਂ, ਕੰਨਾਂ ਤੋਂ ਅਸੀਂ ਸੰਸਾਰਿਕ ਚੀਜ਼ਾਂ ਨੂੰ ਸੁਣ ਸੁੱਕ ਜਾ ਸਕਦੇ ਹਾਂ, ਨੱਕ ਦੀ ਜਿਹੜਾ ਹੈ ਉਹ ਸਾਨੂੰ ਸੁੰਘਣ ਦੇ ਕੰਮ ਆਉਂਦਾ ਹੈ, ਸਾਨੂੰ ਸਮੈਲ ਦੇ ਬਾਰੇ ਵਿੱਚ ਦੱਸਦਾ ਹੈ, ਜੀਭ ਤੋਂ ਅਸੀਂ ਸਵਾਦ ਚੱਖ ਕੇ ਦੱਸਦੇ ਹਾਂ ਅਤੇ ਸਕਿਨ ਜਿਹੜੀ ਸਾਡੀ ਚਮੜੀ ਹੈ ਉਹ ਸਾਨੂੰ ਜਿਹੜੀ ਹੈ ਸਰਦੀ ਗਰਮੀ ਦਾ ਅਹਿਸਾਸ ਕਰਾਉਂਦੀ ਹੈ। ਸੋ ਇਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਹਨ ਇਹਨਾਂ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਇਹ ਮਨੁੱਖ ਤੈਨੂੰ ਇਸ ਜਿਹੜੀਆਂ ਹਨ ਤੇਰੇ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਦੇ ਬਾਰੇ ਵਿੱਚ ਗੱਲ ਕਰਕੇ ਦੱਸਦੇ ਹਾਂ ਕਿ ਤੈਨੂੰ ਇਹਨਾਂ ਗਿਆਨ ਇੰਦਰੀਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਕਿਉਂ? ਕਿਉਂਕਿ ਇਹ ਤੈਨੂੰ ਗਲਤ ਰਸਤੇ 'ਤੇ ਪਾਉਂਦੀਆਂ ਹਨ, ਤੇਰੇ ਮਨ ਨੂੰ ਭੜਕਾਉਂਦੀਆਂ ਹਨ। ਸੋ ਤੈਨੂੰ ਇਹਨਾਂ ਮਨ ਨੂੰ ਭੜਕਾਉਣ ਵਾਲੀਆਂ ਜਿਹੜੀਆਂ ਪੰਜ ਗਿਆਨ ਇੰਦਰੀਆਂ ਹਨ ਉਹਨਾਂ ਦੇ ਮਗਰ ਲੱਗ ਕੇ ਸੰਸਾਰਿਕ ਪਦਾਰਥਾਂ ਦੇ ਪਿੱਛੇ ਜਿਹੜਾ ਹੈ ਭੱਜਣਾ ਨਹੀਂ ਚਾਹੀਦਾ, ਦੌੜਨਾ ਨਹੀਂ ਚਾਹੀਦਾ, ਸਗੋਂ ਤੈਨੂੰ ਸਮਾਂ ਰਹਿੰਦੇ ਹੋਏ ਤਾਂ ਪਰਮਾਤਮਾ ਦੀ ਭਗਤੀ ਜਿਹੜੀ ਹੈ ਕਰ ਲੈਣੀ ਚਾਹੀਦੀ ਹੈ, ਪਰਮਾਤਮਾ ਦੇ ਨਾਲ ਆਪਣਾ ਮਿਲਾਪ ਹਾਸਲ ਕਰ ਲੈਣਾ ਚਾਹੀਦਾ ਹੈ। ਅੱਗੇ ਕਰਦੇ ਹਨ, ਅੱਗੇ ਗੱਲ ਕਰਦੇ ਹਨ, ਕਹਿੰਦੇ ਜੇ ਜਾਣਾ ਮਰ ਜਾਈਏ, ਜੇ ਜਾਣਾ ਮਰ ਜਾਈਏ, ਘੁੰਮਣਾ ਆਈਏ, ਝੂਠੀ ਦੁਨੀਆ ਲੱਗ ਕਿਉਂ ਆਪ ਗਵਾਈਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਸੋ ਫਿਰ ਕਹਿੰਦੇ ਹਨ ਕਿ ਇਹ ਮਨੁੱਖ ਜੇਕਰ ਤੈਨੂੰ ਇਸ ਗੱਲ ਦਾ ਪਤਾ ਹੈ, ਇਸ ਗੱਲ ਦਾ ਅਹਿਸਾਸ ਹੈ ਕਿ ਤੂੰ ਇੱਕ ਦਿਨ ਇੱਥੋਂ ਖਤਮ ਹੋ ਜਾਣਾ ਹੈ, ਚਲੇ ਜਾਣਾ ਹੈ ਅਤੇ ਵਾਪਸ ਇਸ ਸੰਸਾਰ ਦੇ ਵਿੱਚ ਜਿਹੜਾ ਦੁਬਾਰਾ ਨਹੀਂ ਆਉਣਾ, ਤਾਂ ਫਿਰ ਤੈਨੂੰ ਜਿਹੜਾ ਹੈ ਇਸ ਝੂਠੀ ਦੁਨੀਆ ਦੇ ਮਗਰ ਲੱਗਣਾ ਹੀ ਨਹੀਂ ਚਾਹੀਦਾ। ਜਦੋਂ ਤੈਨੂੰ ਪਤਾ ਹੈ ਕਿ ਤੇਰਾ ਜੀਵਨ ਨਾਸ਼ਵਾਨ ਹੈ, ਤੂੰ ਇੱਕ ਵਾਰ ਨਾ ਇੱਕ ਦਿਨ ਇਸ ਸੰਸਾਰ ਤੋਂ ਚੱਲੇ ਜਾਣਾ ਹੈ, ਖਤਮ ਹੋ ਜਾਣਾ ਹੈ, ਵਾਪਸ ਇੱਥੇ ਨਹੀਂ ਆਉਣਾ, ਫਿਰ ਤੂੰ ਝੂਠੀ ਦੁਨੀਆ ਦੇ ਮਗਰ ਕਿਉਂ ਲੱਗਾ ਹੋਇਆ ਹੈ? ਤੈਨੂੰ ਇਸ ਝੂਠੀ ਦੁਨੀਆ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਗਵਾਉਣਾ ਨਹੀਂ ਚਾਹੀਦਾ, ਆਪਣੇ ਆਪ ਨੂੰ ਖੁਆਰ ਨਹੀਂ ਕਰਨਾ ਚਾਹੀਦਾ, ਤੈਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਜੋ ਰਸਤਾ ਤੈਨੂੰ ਤੇਰੇ ਗੁਰੂ ਦੁਆਰਾ ਦੱਸਿਆ ਗਿਆ ਹੈ ਤੈਨੂੰ ਹਮੇਸ਼ਾ ਉਸੇ ਰਸਤੇ ਦੇ ਉੱਤੇ ਹੀ ਚੱਲਣਾ ਚਾਹੀਦਾ ਹੈ। ਸੋ ਅੱਗੇ ਗੱਲ ਕਰਦੇ ਹਨ, ਕਹਿੰਦੇ ਸ਼ੈਲ ਲੰਘੇਂਦੇ ਪਾਰ ਗੋਰੀ ਮਨ ਧਰਿਆ, ਸ਼ੈਲ ਲੰਘੇਂਦੇ ਪਾਰ ਗੋਰੀ ਮਨ ਧਰਿਆ, ਕੰਚਨ ਵੰਨੇ ਪਾਸੇ ਕਿਲਵਿਤ ਚੀਰਿਆ। ਸੋ ਕਹਿੰਦੇ ਇਸ ਸੰਸਾਰ ਸਮੁੰਦਰ ਨੂੰ ਜਿਹੜਾ ਹੈ ਨੌਜਵਾਨ ਜਿਹੜਾ ਗੱਭਰੂਆਂ ਦੁਆਰਾ ਕਹਿੰਦੇ ਦਰਿਆ ਨੂੰ ਪਾਰ ਕਰਦੇ ਹੋਏ ਦੇਖ ਕੇ ਇੱਕ ਉਦਾਹਰਣ ਦੀ ਗੱਲ ਜਿਹੜੀ ਹੈ ਉਦਾਹਰਣ ਰਾਹੀਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਨੌਜਵਾਨ ਮੁੰਡਿਆਂ ਦੁਆਰਾ ਜਿਹੜਾ ਹੈ ਸੰਸਾਰ ਸਮੁੰਦਰ ਨੂੰ ਪਾਰ ਕਰਦਾ ਹੋਇਆ ਦੇਖ ਕੇ ਇੱਕ ਕਮਜ਼ੋਰ ਦਿਲ ਦੀ ਮਾਲਕਿਨ ਔਰਤ ਜਿਹੜੀ ਹੈ ਉਹ ਵੀ ਸਮੁੰਦਰ ਨੂੰ ਪਾਰ ਜਾਂ ਉਹ ਵੀ ਸਾਗਰ ਨੂੰ ਪਾਰ ਕਰਨ ਦਾ ਹੌਸਲਾ ਕਰ ਬੈਠਦੀ ਹੈ ਕਿ ਜੇਕਰ ਇਹ ਸੰਸਾਰ ਇਹ ਜਿਹੜੇ ਹਨ ਸਮੁੰਦਰ ਨੂੰ ਪਾਰ ਕਰ ਸਕਦੇ ਹਨ ਤਾਂ ਮੈਂ ਵੀ ਜਿਹੜਾ ਹੈ ਸਮੁੰਦਰ ਨੂੰ ਪਾਰ ਕਰ ਸਕਦੀ ਹਾਂ। ਸੋ ਕਹਿੰਦੇ ਸ਼ੈਲ ਜਵਾਨ ਨੌਜਵਾਨ ਮੁੰਡਿਆਂ ਨੂੰ
ਸਾਗਰ ਪਾਰ ਕਰਦੇ ਹੋਏ ਦੇਖ ਕੇ ਕਮਜ਼ੋਰ ਦਿਲ ਦੀ ਮਾਲਕਿਨ ਔਰਤ ਜਿਹੜੀ ਹੈ ਉਹ ਵੀ ਇਸ ਸੰਸਾਰ ਨੂੰ ਪਾਰ ਕਰਨ ਦਾ ਹੌਸਲਾ ਕਰ ਲੈਂਦੀ ਹੈ। ਭਾਵ ਫਕੀਰਾਂ ਨੂੰ ਜਿਹੜੇ ਗੁਰੂ ਰੂਪ ਹੁੰਦੇ ਹਨ, ਦਰਵੇਸ਼ ਲੋਕ ਹੁੰਦੇ ਹਨ, ਫਕੀਰ ਲੋਕ ਹੁੰਦੇ ਹਨ, ਕਹਿੰਦੇ ਫਕੀਰਾਂ ਨੂੰ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਦਿਆਂ ਜਿਹੜਾ ਦੇਖ ਕੇ ਜਿਹੜੀ ਜੀਵ ਆਤਮਾ ਰੂਪੀ ਜਿਹੜੀ ਹੈ, ਜੀਵ ਆਤਮਾ ਜਿਹੜੀ ਹੈ ਉਹ ਵੀ ਇਹ ਸੋਚਦੀ ਹੈ ਕਿ ਮੈਂ ਵੀ ਇਸ ਸੰਸਾਰ ਨੂੰ ਪਾਰ ਕਰ ਸਕਦੀ ਹਾਂ। ਜੇਕਰ ਜਿਹੜੇ ਹਨ ਫਕੀਰ ਜਿਹੜੇ ਹਨ ਸੰਸਾਰ ਸਮੁੰਦਰ ਪਾਰ ਕਰ ਸਕਦੇ ਹਨ ਤਾਂ ਮੈਂ ਵੀ ਜਿਹੜਾ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੀ ਹਾਂ। ਸੋ ਕਹਿੰਦੇ ਜਿਹੜੇ ਲੋਕ ਕੰਚਨ ਬੰਨੇ ਪਾਸੇ ਕਿਲਵਿਦ ਚੀਰਿਆਂ, ਜਿਹੜੇ ਲੋਕ ਗਲਤ ਕੰਮ ਕਰਦੇ ਹਨ ਫਿਰ ਉਹਨਾਂ ਨੂੰ ਜਿਸ ਤਰ੍ਹਾਂ ਲੱਕੜ ਨੂੰ ਆਰੇ ਨਾਲ ਚੀਰਿਆ ਜਾਂਦਾ ਹੈ, ਫਿਰ ਉਹਨਾਂ ਨੂੰ ਵੀ ਜਿਹੜਾ ਹੈ ਅੰਤ ਸਮੇਂ ਦੇ ਦੁੱਖਾਂ ਦਾ ਸਾਹਮਣਾ ਜਿਹੜਾ ਹੈ ਕਰਨਾ ਪੈਂਦਾ ਹੈ। ਫਿਰ ਕਹਿੰਦੇ ਹਨ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਵੇਸ ਗਏ। ਸੋ ਕਹਿੰਦੇ ਹਨ ਇਸ ਸੰਸਾਰ ਦੇ ਵਿੱਚ ਭਾਵੇਂ ਕੋਈ ਬਹੁਤ ਵੱਡਾ ਸ਼ੇਖ ਹੈ, ਰਾਜਾ ਹੈ, ਮਹਾਰਾਜਾ ਹੈ, ਕੋਈ ਵੀ ਜਿਹੜਾ ਹੈ ਉਹ ਹਮੇਸ਼ਾ ਲਈ ਇਸ ਸੰਸਾਰ ਦੇ ਵਿੱਚ ਬੈਠਾ ਨਹੀਂ ਰਿਹਾ। ਹਰ ਕਿਸੇ ਨੇ ਆਪਣੇ ਸਮੇਂ 'ਤੇ ਜਿਹੜਾ ਹੈ ਇੱਥੋਂ ਚਲੇ ਜਾਣਾ ਹੈ। ਸੋ ਕਹਿੰਦੇ ਜਿਹੜੀ ਜਗ੍ਹਾ 'ਤੇ ਅੱਜ ਅਸੀਂ ਬੈਠੇ ਹਾਂ, ਸਾਡੇ ਤੋਂ ਪਹਿਲਾਂ ਬਹੁਤ ਸਾਰੇ ਲੋਕ ਇਸ ਸੰਸਾਰ ਦੇ ਵਿੱਚ ਉਹ ਜਗ੍ਹਾ 'ਤੇ ਬੈਠ ਬੈਠ ਕੇ ਚਲੇ ਗਏ ਹਨ। ਸੋ ਅਗਲੀ ਗੱਲ ਕਰਦੇ ਹਨ, ਕਹਿੰਦੇ ਕੱਤਕ ਕੁੰਜਾਂ ਚੇਤ ਡਰੋ, ਸਾਵਣ ਬਿਜਲੀਆਂ ਸਿਆਲੇ ਸੁਣਦੀਆਂ, ਪਿਰਗੜ ਬਾਹਰ ਲੜੀਆਂ। ਸੋ ਗੱਲ ਕਰਦੇ ਹਨ, ਕਹਿੰਦੇ ਕੱਤਕ ਦੇ ਮਹੀਨੇ ਵਿੱਚ ਆਉਣ ਵਾਲੀਆਂ ਕੁੰਜਾਂ, ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਲੱਗਣ ਵਾਲੀ ਅੱਗ ਅਤੇ ਸਾਵਣ ਦੇ ਮਹੀਨੇ ਦੇ ਵਿੱਚ ਚਮਕਣ ਵਾਲੀਆਂ ਬਿਜਲੀਆਂ ਜਿਹੜੀਆਂ ਹਨ ਉਹ ਮਨੁੱਖੀ ਜਿਹੜੀ ਆਤਮਾ ਹੈ ਉਸਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀਆਂ ਹਨ, ਉਸਨੂੰ ਡਰਾਉਂਦੀਆਂ ਹਨ। ਕਹਿੰਦੇ ਸਿਆਲਾਂ ਦੇ ਮਹੀਨੇ ਦੇ ਵਿੱਚ, ਸਿਆਲਾਂ ਦੇ ਸਮੇਂ ਦੇ ਵਿੱਚ ਇੱਕ ਜੀਵ ਆਤਮਾ ਰੂਪੀ ਇਸਤਰੀ ਦੀਆਂ ਬਾਹਾਂ ਆਪਣੇ ਪਤੀ ਦੇ ਗਲ ਵਿੱਚ ਹੀ ਸੌਂਦੀਆਂ ਹਨ। ਸੋ ਇਸ ਕਰਕੇ ਮਨੁੱਖ ਤਿੰਨੂੰ ਵੀ ਜਿਹੜਾ ਹੈ ਸਮਾਂ ਰਹਿੰਦੇ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਲੈਣਾ ਚਾਹੀਦਾ ਹੈ। ਸੋ ਕਹਿੰਦੇ ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ, ਗੰਢ ਦੀਆਂ 6 ਮਾਂ ਟੁੜਿੰਦਿਆਂ ਇੱਕ ਖੀਨੋ। ਸੋ ਕਹਿੰਦੇ ਹਨ ਇਹ ਮਨੁੱਖ ਤੈਨੂੰ ਪਤਾ ਹੈ ਇਹ ਸੰਸਾਰ ਜਿਹੜਾ ਹੈ ਉਸ ਤੋਂ ਹਰ ਇੱਕ ਮਨੁੱਖ ਨੇ ਚੱਲੇ ਜਾਣਾ ਹੈ, ਕਿਉਂਕਿ ਇਹ ਸੰਸਾਰ ਜਿਹੜਾ ਹੈ ਚੱਲਣ ਹਾਰ ਹੈ। ਅੱਜ ਕੋਈ ਅਤੇ ਕੱਲ੍ਹ ਕੋਈ, ਕਹਿੰਦੇ ਆਪਣੀ ਆਪਣੀ ਵਾਰੀ 'ਤੇ ਹਰੇਕ ਨੇ ਇਸ ਸੰਸਾਰ ਤੋਂ ਚੱਲੇ ਜਾਣਾ ਹੈ, ਖਤਮ ਹੋ ਜਾਣਾ ਹੈ। ਕਹਿੰਦੇ ਤੈਨੂੰ ਗਰਭਕਾਲ ਦੇ ਸਮੇਂ ਦੀ ਗੱਲ ਕਰਦੇ ਹਨ ਕਿ ਇਹ ਮਨੁੱਖ ਤੇਰੇ ਸਰੀਰ ਨੂੰ ਗਰਭਕਾਲ ਦੇ ਦੌਰਾਨ ਬਣਦਿਆਂ ਤਾਂ 6 ਮਹੀਨੇ ਦਾ ਸਮਾਂ ਲੱਗਦਾ ਹੈ, ਪਰ ਟੁੱਟਦੇ ਨੂੰ ਇੱਕ ਹੀ ਪਲ ਜਿਹੜਾ ਹੈ ਲੱਗਦਾ ਹੈ, ਭਾਵ ਮੌਤ ਆਉਂਦਿਆਂ ਤਾਂ ਇੱਕ ਹੀ ਪਲ ਲੱਗਦਾ ਹੈ। ਸਰੀਰ ਨੂੰ ਬਣਦਿਆਂ 6 ਮਹੀਨੇ ਲੱਗ ਜਾਂਦੇ ਹਨ ਪਰ ਖਤਮ ਹੁੰਦਿਆਂ ਇੱਕ ਪਲ ਵੀ ਨਹੀਂ ਲੱਗਦਾ। ਸੋ ਇਸ ਕਰਕੇ ਤੈਨੂੰ ਜਿਹੜਾ ਹੈ ਪਰਮਾਤਮਾ ਦਾ ਨਾਮ ਸਮਾਰਨ ਦੇ ਲੈ ਲੈਣਾ ਚਾਹੀਦਾ ਹੈ। ਫਿਰ ਲਾਸਟ ਤੁਕਾਂ ਦੀ ਗੱਲ ਕਰਦੇ ਹਨ, ਕਹਿੰਦੇ ਜਿੰਮੀ ਪੁੱਛੇ ਆਸਮਾਨ ਫਰੀਦਾ ਖੇਵਟ ਕਿੰਨੀ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀਆਂ ਸਹੇ। ਜ਼ਮੀਨ ਜਿਹੜੀ ਹੈ ਉਹ ਆਸਮਾਨ ਨੂੰ ਪੁੱਛਦੀ ਹੈ ਕਿ ਤੇਰੇ ਵੱਡੇ ਵਡੇਰੇ, ਤੇਰੇ ਉੱਤੇ ਰਾਜ ਕਰਨ ਵਾਲੇ ਉਹ ਕਿੱਥੇ ਚਲੇ ਗਏ ਹਨ। ਤਾਂ ਕਹਿੰਦੇ ਜਿਹੜਾ ਹਰ ਕੋਈ ਇਸ ਸੰਸਾਰ ਤੋਂ ਆਪਣੀ ਵਾਰੀ ਆਏ ਤੇ ਚੱਲੇ ਜਾਵੇਗਾ ਅਤੇ ਉਸਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਜਿਹੜਾ ਹਿਸਾਬ ਹੈ ਫਿਰ ਉਸਦੀ ਆਤਮਾ ਨੂੰ ਹੀ ਭੋਗਣਾ ਪਵੇਗਾ। ਸੋ ਇਸ ਕਰਕੇ ਮਨੁੱਖ ਤੈਨੂੰ ਸਮਾਂ ਰਹਿੰਦੇ ਭਗਤੀ ਕਰ ਲੈਣੀ ਚਾਹੀਦੀ ਹੈ। ਸੋ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਜਿਹੜਾ ਸੀ ਉਹ ਇਸ ਸ਼ਬਦ ਦੇ ਵਿੱਚ ਸ਼ੇਖਪੁਰੀ ਜੀ ਨੇ ਦੱਸਿਆ ਹੈ ਅਤੇ ਨਾਲ ਗੱਲ ਦੱਸੀ ਹੈ ਕਿ ਇਹ ਸਰੀਰ ਜਿਹੜਾ ਹੈ ਨਾਸ਼ਵਾਨ ਹੈ, ਇਸਨੇ ਇੱਕ ਦਿਨ ਖਤਮ ਹੋ ਜਾਣਾ ਹੈ।
ਸੋ ਮਨੁੱਖ ਤੈਨੂੰ ਜਿਹੜਾ ਹੈ ਪਰਮਾਤਮਾ ਦਾ ਮਿਲਾਪ ਇਸੇ ਜਨ ਜੀਵਨ ਦੇ ਵਿੱਚ ਕਰ ਲੈਣਾ ਚਾਹੀਦਾ ਹੈ, ਤੈਨੂੰ ਸਮਾਂ ਰਹਿੰਦੇ ਉਸਦੀ ਭਗਤੀ ਕਰ ਲੈਣੀ ਚਾਹੀਦੀ ਹੈ। ਸੋ ਇਹ ਸੀਗਾ ਜੀ ਸਾਡਾ ਸ਼ੇਖ ਫਰੀਦ ਜੀ ਦਾ ਪਹਿਲਾ ਸ਼ਬਦ ਲਿਖਿਆ ਗਿਆ ਹੈ ਰਾਗ ਆਸਾ ਦੇ ਵਿੱਚ, ਇਹ ਹੈ ਜੀ ਜਿਸ ਆਸਨ ਹਮ ਬੈਠੇ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਇਹੀ ਸ਼ਬਦ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਆਉਣ ਵਾਲੀ ਸਾਡੀ ਕਲਾਸ ਦੇ ਵਿੱਚ ਅਸੀਂ ਜਿਹੜਾ ਹੈ ਇਸ ਦਾ ਵਿਸ਼ਾ ਵਸਤੂ ਸਾਰ ਕੇਂਦਰੀ ਭਾਵ ਅਤੇ ਅਗਲਾ ਸ਼ਬਦ ਜਿਹੜਾ ਹੈ ਉਹ ਲੈ ਕੇ ਹਾਜ਼ਰ ਹੋਵਾਂਗੇ। ਸੋ ਅੱਜ ਦੀ ਕਲਾਸ ਅਸੀਂ ਇੱਥੇ ਸਮਾਪਤ ਕਰਦੇ ਹਾਂ। ਧੰਨਵਾਦ ਜੀ।